ਹੁਣ ਇੱਕ ਚੱਲੂਗੀ ਭਾਰੀ ਪੂਰੀ ਜੇ ਰੋਲੈਕਸ ਨਿਤੀਸ਼ ਭਾਈ ਨੇ ਚਾਹ ਪਈ ਹੈ, ਚਾਹ ਬੜੀ ਘੈਂਟ ਪਈ, ਥੈਂਕ ਯੂ ਸੋ ਮਚ ਯਾਰ। ਕੈਸ਼ ਐਂਡ ਕੈਰੀ ਇੱਧਰ ਸਟੇਸ਼ਨ ਸਕੁਏਅਰ ਦੇ ਵਿੱਚ ਹੀ, ਸੋ ਜੇ ਕੋਈ ਇੱਥੋਂ ਦੇਖ ਰਿਹਾ ਵਾ ਤਾਂ ਇੱਥੇ ਜ਼ਰੂਰ ਆਇਆ ਯਾਰ, ਇੰਨੀ ਗਰੋਸਰੀ ਸਾਰੀ ਮਿਲਦੀ ਆ। ਅਤੇ ਹੋਟਲਾਂ ਦੇ ਵਿੱਚ ਨਾ ਇੱਦਾਂ ਉਹ ਦੇਖਿਓ ਜਿਵੇਂ ਉਹਨਾਂ ਨੇ ਕੁੜੀ ਟੰਗੀ ਹੋਈ ਆ, ਲੱਗਦਾ ਕਿ ਐਕਚੁਅਲ 'ਚ ਕੁੜੀ ਬੈਠੀ ਹੋਈ ਆ ਪਰ ਉਹ ਡਮੀ ਆ। ਆਹ ਚਾਬੀਆਂ ਦੇਖੀ ਯਾਰ ਕਿੰਨੀਆਂ ਪੁਰਾਣੀਆਂ ਨੇ, ਇਹ ਸੋਵੀਅਤ ਯੂਨੀਅਨ ਟਾਈਮ ਦੀਆਂ ਵਾ। ਆਹ ਤਾਂ ਇੰਡੀਆ ਨਾਲੋਂ ਮਾੜੇ ਆ, 5 ਦਾ ਨੋਟ ਠੀਕ ਹੈ, ਇੰਡੀਆ ਨਾਲੋਂ ਤਾਂ ਵਧੀਆ ਯਾਰ। ਨਹੀਂ ਯਾਰ, ਕਿੰਨੇ ਤਰ੍ਹਾਂ ਦੀਆਂ ਮਿਲੀਆਂ ਨੇ ਉੱਥੋਂ ਦੇਖਿਓ। ਹੁਣ ਆਪਾਂ ਵਾਇਸ ਚੇਅਰ ਹੀ ਥੱਲੇ ਜਾਣਾ ਆਰਾਮ ਨਾਲ, ਸੋ ਘਰਾਂ ਦੇ ਵਿੱਚੋਂ ਵਿੱਚ ਨਹੀਂ ਹੁੰਦੇ ਜਾਵਾਂਗੇ। ਇੱਥੇ ਪੌਣਾ ਘੰਟਾ ਬੈਠੀ ਹਾਂ, ਕੌਫੀ ਪੀਤੀ ਹੈ ਨਾਲ, ਉਹ ਕੇਕ ਖਾਧਾ ਵਾ। ਇੱਥੋਂ ਯਾਰ ਵਿਊ ਨਾ ਅਲਟੀਮੇਟ ਹੀ ਆ, ਬਹੁਤ ਸੋਹਣਾ। ਫਿਲਮਾਂ 'ਚ ਦੇਖਦੇ ਹੁੰਦੇ ਸੀ ਇੱਦਾਂ ਦੇ ਸ਼ੋਟ, ਸਾਹਮਣੇ ਦੇਖ ਰਹੇ ਹਨ, ਵਧੀਆ ਗੁੱਡ ਆ, ਫੁੱਲ ਯੂਰਪ ਵਾਈਬ ਆ। ਲੋਕ ਵੀ ਬੜੇ ਚੰਗੇ ਇੱਥੋਂ ਦੇ। ਹੁਣ ਆਪਾਂ ਏ ਕੇ ਚਲਾਉਣ ਲੱਗੇ ਆ ਜੀ, ਕਾਰਡ ਚੱਲ ਜੂ ਇੱਥੇ, ਸਟ ਕਾਰਡ, ਵੀ ਡੋਨਟ ਹੈਵ ਅ ਕੈਸ਼, ਵੀ ਹੈਵ ਕਾਰਡ, ਡੋਨਟ ਹੈਵ ਕੈਸ਼, ਵੀ ਹੈਵ ਕਾਰਡ, ਰਹਿਣ ਦੋ ਫਿਰ, ਇਟਸ ਓਕੇ, ਸਾਡੀ ਕਿਸਮਤ ਚ ਨਹੀਂ ਯਾਰ, ਕੋਈ ਸੱਚੀ ਕੈਸ਼ ਨਹੀਂ, ਬਿਲਕੁਲ ਨਹੀਂ ਹੈਗਾ। ਕਿੱਥੇ 5 ਲਾ ਰਹੀ ਹੋ ਤੇ, ਨਹੀਂ ਦਿੱਤੀ ਆਂਟੀ, ਯੂ ਸੈਡ ਡਾਲਰ, ਯੂਐਸ ਡਾਲਰ, ਯੈਸ, ਹਾਊ ਮਚ ਫੋਰ 10, 5 ਡਾਲਰ, 5 ਡਾਲਰ, ਬਹੁਤ ਮਹਿੰਗਾ ਹੈ, 5 ₹5. ਹੁਣ ਇੱਕ ਚੱਲੂਗੀ ਯਾਰ, ਭਾਰੀ ਪੂਰੀ ਜੇ, ਨਿਸ਼ਾਨਾ ਚੈੱਕ ਕਰਿਓ ਭਰਾ ਦਾ, ਲੱਗਾ ਕਿ ਨਹੀਂ ਕਰਨਾ। ਇੱਥੋਂ ਹੁਣ ਯਾਰ ਉਹੀ ਫਿਰ ਤੋਂ ਕੇਬਲ ਕਾਰ ਲੈ ਕੇ 5 ਲਾਰੀ ਲੱਗਣੇ ਸੀ ਅਤੇ ਥੱਲੇ ਜਾ ਸਕਦੇ ਸੀ, ਬੜੇ ਸੋਚੇ ਯਾਰ ਬਾਏ ਸਟੇਅਰ ਜਾਂਦੇ ਹਾਂ, ਨਾਲੇ ਥੋੜ੍ਹਾ
ਆਪਾਂ ਘਰ ਘੁਰ ਦੇਖ ਲਾਂਗੇ, ਇਹਦੇ ਘੁੰਮ ਲਾਂਗੇ, ਨਾਲੇ ਹੁਣ ਚੜ੍ਹਾਈ ਉਤਰਨੀ ਆ, ਜੇ ਚੜ੍ਹਨੀ ਹੁੰਦੀ ਤਾਂ ਫਿਰ ਔਖਾ ਹੁੰਦਾ ਵਾ। ਹੁਣ ਆਪਾਂ ਬਾਏ ਸਟੇਅਰ ਹੀ ਥੱਲੇ ਜਾਣਾ ਆਰਾਮ ਨਾਲ, ਸੋ ਘਰਾਂ ਦੇ ਵਿੱਚੋਂ ਵਿੱਚੋਂ ਨਹੀਂ ਹੁੰਦੇ ਜਾਵਾਂਗੇ, ਮਤਲਬ ਗਲੀਆਂ ਦੇ ਵਿੱਚੋਂ ਵਿੱਚੋਂ ਦੀ ਆਪਾਂ ਸਰੇਡ ਦੇ ਜਾਣਾ ਵਾ। ਇੱਥੇ ਦੋ ਆਪਸ਼ਨਾਂ ਨੇ, ਇੱਕ ਇੱਧਰ ਸਟੇਅਰਸ ਵੀ ਹੈਗੀਆਂ ਵਾ, ਹਾਂ, ਪਰ ਇੱਥੇ ਤੀਜਾ ਆਪਸ਼ਨ ਵੀ ਹੈਗਾ ਵਾ ਜਿਹੜਾ ਕਿ ਯਾਰ ਹੁਣ ਬਿਲਕੁਲ ਸਿੱਧਾ ਹੀ ਉਹ ਜਾ ਕੇ ਵਧੀਆ ਬਾਈ ਬਾਜ਼ਾਰ ਇੱਥੋਂ ਦੀ। ਕਿੰਨੇ ਸੋਹਣੇ ਸੋਹਣੇ ਯਾਰ ਕੈਫੇ ਬਣੇ ਹੋਏ ਆ, ਬਰਗਰਸ, ਚੀਜ਼ ਕੇਕ, ਹੋਟ, ਰੈੱਡ ਵਾਈਨ, ਇੱਥੋਂ ਦੀ ਵਾਈਨ ਬੜੀ ਫੇਮਸ ਆ ਯਾਰ। ਉਹ ਵਿੰਟੇਜ ਕਾਰ ਗੱਡੀ ਕੋਈ ਦੇਖ ਜੇ ਨਾ ਸਾਨੂੰ ਵਧੀਆ ਅਟਰੈਕਟ ਕਰ ਲੈਂਦੇ ਆਪਾਂ ਹੀ। ਟਾਇਰ ਟੂਰੇ ਤਾਂ ਖਰਾਬ ਆ, ਇਹ ਹੈਗੀ ਆ ਇੱਧਰ ਕਿਹੜੀ ਕੰਪਨੀ ਆ ਯਾਰ। ਹੈਲੋ, ਇਹਨਾਂ ਦੀ ਅੱਖਾਂ ਬੜੀਆਂ ਖਤਰਨਾਕ ਯਾਰ ਗੱਡੀਆਂ ਦੀਆਂ। ਹਾਏ ਕਿਉਤੀ, ਹੱਥ ਲਾ ਸਕਦੇ ਗੱਡੀ ਨਾ ਮੜਦੇ ਜਾਣੇ ਨਾਲ ਜਾਣੇ। ਚੱਲ ਤੈਨੂੰ ਇੰਡੀਆ ਲੈ ਚੱਲੀਏ, ਚੱਲ ਥੱਲੇ ਉੱਤਰ ਜਾ। ਅਰੇ ਵਾਹ, ਇਹ ਵਿਚਾਰੇ ਥੱਕਣਗੇ ਉੱਪਰ ਤੱਕ ਜਾਂਦੇ ਆ। ਹਾਂ ਉਹ ਜਾਂਦੀ, ਬਾਕੀ ਉਹ ਲੈ ਲੈ ਬਾਅਦ ਟਾਈਮ, ਇੱਦਾਂ ਆਵੇ ਦੋਵੇਂ ਐਕਸਪੀਰੀਅੰਸ ਹੋ ਗਏ। ਅਤੇ ਹੋਟਲਾਂ ਦੇ ਵਿੱਚ ਨਾ ਇੱਦਾਂ ਉਹ ਦੇਖਿਓ ਜਿਵੇਂ ਉਹਨਾਂ ਨੇ ਕੁੜੀ ਟੰਗੀ ਹੋਈ ਆ, ਲੱਗਦਾ ਕਿ ਐਕਚੁਅਲ 'ਚ ਕੁੜੀ ਬੈਠੀ ਹੋਈ ਆ, ਪਰ ਉਹ ਡਮੀ ਆ ਉਹ ਦੇਖਿਓ। ਮਤਲਬ ਕਿ ਇੱਦਾਂ ਇਹਨਾਂ ਨੇ ਲੋਕਾਂ ਨੇ ਨਾ ਕੋਈ ਅਟਰੈਕਟ ਕਰਨ ਵਾਸਤੇ ਨਾ ਕਾਫੀ ਚੀਜ਼ਾਂ ਲਾਈਆਂ ਹੋਈਆਂ ਨੇ, ਜਿਵੇਂ ਕੈਫੇ ਦੇ ਬਾਹਰ ਜਾਂ ਆਪਣੇ ਹੋਟਲ ਦੇ ਬਾਹਰ, ਸੋ ਕਾਫੀ ਅਟਰੈਕਟਿਵ ਚੀਜ਼ਾਂ ਨੇ, ਵਧੀਆ ਲੱਗਦਾ ਵਾ। ਆ ਏਰੀਆ ਕਿੰਨਾ ਸਾਫ਼ ਸੁਥਰਾ ਵਾ, ਉੱਧਰ ਕੇਬਲ ਕਾਰ ਆ ਰਹੀਆਂ ਨੇ, ਇੱਥੋਂ ਵਿਊ ਕਿੰਨਾ ਸੋਹਣਾ ਲੱਗਦਾ ਯਾਰ। ਅਸੀਂ ਦੋਵੇਂ ਚੀਜ਼ਾਂ ਐਕਸਪੀਰੀਅੰਸ ਕਰ ਲਈਆਂ, ਕੇਬਲ ਕਾਰ ਵੀ ਅਤੇ ਵਾਪਸੀ ਟਾਈਮ ਵੋਕ ਵੀ। ਹੁਣ ਅਸੀਂ ਉੱਧਰੋਂ ਉੱਪਰੋਂ ਆ ਗਏ ਜੀ, ਜਿੱਥੇ ਮਦਰ ਆਫ ਜੋਤ ਜਿਹੜਾ ਸਟੈਚੂ ਆ, ਅਤੇ ਸਾਡਾ ਪਲੈਨ ਆ ਕੱਲ੍ਹ ਨੂੰ ਅਰਮੇਨੀਆ ਜਾਣ ਦਾ, ਕਿਉਂਕਿ ਇੱਥੇ ਲੈਂਡ ਬੋਰਡਰ ਅਰਮੇਨੀਆ ਵਾ, ਸੋ ਉਹਦਾ ਸਾਰਾ ਡਿਸਕਸ ਕਰ ਰਹੇ ਸੀ। ਅਤੇ ਹੁਣ ਇੱਥੇ ਨਾ ਜਿਵੇਂ ਸਿਟੀ ਟੂਰ ਕਰਨਾ, ਅਤੇ ਉੱਥੇ ਐਵੇਂ ਬੈਟਰੀ ਵਾਲੀਆਂ ਗੱਡੀਆਂ ਲੱਗੀਆਂ ਹੋਈਆਂ ਨੇ, ਇਹ 45 ਮਿੰਟ ਦਾ ਟੂਰ ਹੁੰਦਾ ਵਾ ਜਿਹੜਾ ਸਾਰਾ ਘੁੰਮਾ ਕੇ ਲਿਆਉਂਦੇ, 3-4 ਪਲੇਸਾਂ ਹੁੰਦੀਆਂ ਵਾ, ਸੋ ਗੱਡੀਆਂ ਤਾਂ ਬੜੀਆਂ ਸੋਹਣੀਆਂ ਨੇ। ਸੋ ਏਰੀਆ ਵੀ ਬਹੁਤ ਸੋਹਣਾ ਯਾਰ, ਇੰਨਾ ਕੁ ਸਾਫ਼ ਸੁਥਰਾ, ਇੰਨਾ ਕੁ ਵਧੀਆ, ਲੋਕ ਇੱਥੇ ਇੰਨੇ ਵਧੀਆ ਵਾ, ਗੱਲਾਂ ਬਾਤਾਂ ਕਰਦੇ ਆ, ਜਾਂਦੇ ਆਉਂਦੇ ਹੈਲੋ ਹਾਏ ਕਰਦੇ ਆ। ਅਤੇ ਜਿਹੜਾ ਆਪਾਂ ਉੱਪਰ ਹੋ ਗਏ ਨਾ ਯਾਰ, ਜਿਹੜਾ ਰਸਤਾ ਹੀ ਥੱਲੇ ਆਉਂਦਾ, ਇੰਨਾ ਕੁ ਸੋਹਣਾ ਸੀ, ਤੁਸੀਂ ਹੁਣ ਵੀ ਦੇਖ ਸਕਦੇ ਸਾਫ਼ ਸੁਥਰਾ। ਅਤੇ ਇੱਥੋਂ ਦੀ ਨਾ ਜੋਰਜੀਆ ਦੀ ਵਾਈਨ ਬੜੀ ਫੇਮਸ ਆ, ਵਾਈਟ ਵਾਈਨ, ਸੋ ਇੱਥੇ ਜਿਹੜੇ ਵਾਈਨ ਸ਼ੋਪ ਆ ਤੁਸੀਂ ਉੱਥੇ ਜਾ ਸਕਦੇ ਹੋ, ਉਹ ਤੁਹਾਨੂੰ ਫ੍ਰੀ 'ਚ ਟੇਸਟ ਕਰਾਉਂਦੇ ਆ, ਬਸ ਤੁਹਾਡੀ ਮਰਜ਼ੀ ਤੁਸੀਂ ਬਾਏ ਕਰਨੀ ਕਿ ਨਹੀਂ ਕਰਨੀ। ਅਤੇ ਹੁਣ ਤੱਕ ਤਾਂ ਸਾਡਾ ਜੋਰਜੀਆ ਤਬਲੀਸੀ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਯਾਰ, ਅਤੇ ਇੱਧਰ ਪਿੱਛੇ ਲਿਖਿਆ ਵੀ ਹੋਇਆ ਵਾ, ਆਈ ਲਵ ਤਬਲੀਸੀ, ਮੀ ਟੂ। ਬਹੁਤ ਸੋਹਣਾ ਏਰੀਆ ਯਾਰ, ਲੋਕ ਇੱਥੋਂ ਦੇ ਵਧੀਆ ਹੀ ਬੜੇ ਆ, ਸੋਹਣੇ ਵੀ ਬੜੇ ਆ ਯਾਰ, ਤਾਰੀਫ ਬਣਦੀ ਹੈ ਯਾਰ ਜਿਹੜੀ ਚੀਜ਼ ਵਧੀਆ ਵਾ। ਉੱਧਰ ਸਾਰਾ ਹੈਗਾ ਵਾ ਓਲਡ ਤਬਲੀਸੀ, ਜਿਹੜੀ ਆਪਾਂ ਬੋਰਡ 'ਤੇ ਗਈ ਸੀ ਟੂਰ ਵਾਸਤੇ, ਉਹ ਤੁਸੀਂ ਪਿਛਲੇ ਵਜੇ ਦੇਖਿਓ, ਜਿਹਨੇ ਨਹੀਂ ਦੇਖਿਆ ਜ਼ਰੂਰ ਦੇਖਿਓ। ਇੱਥੇ ਪੁਲਿਸ ਦੀ ਗੱਡੀ ਹਰ ਚੌਂਕ 'ਚ ਖਲੋਤੀ ਰਹਿੰਦੀ ਹੈ, ਜਿਵੇਂ ਗੱਡੀ ਨੇ ਉੱਥੇ ਪਾਰਕ ਕਰਤਾ ਸੀ ਰੋਡ ਦੇ ਉੱਤੇ ਹੀ, ਨਾਲ ਹੀ ਪੁਲਿਸ ਦੀ ਗੱਡੀ ਆਈ, ਉਹਨੇ ਹੋਰਨ ਮਾਰਿਆ, ਨਾਲ ਹੀ ਗੱਡੀ ਨਿਕਲ ਗਈ, ਉਹ ਗੱਡੀ ਉੱਧਰ ਲੱਗੀ, ਪੁਲਿਸ ਦੀ ਇੱਕ ਪਿੱਛੇ ਆ ਰਹੀ ਹੈ। ਇੱਥੇ ਵਧੀਆ ਸਿਸਟਮ ਹੈ ਯਾਰ ਪੁਲਿਸ ਦਾ ਵੀ। ਆ ਨੰਬਰ ਆ ਮੇਰਾ ਕੋਡ ਦਾ।
ਦੱਸ ਹਾਂਜੀ ਵਟਸਐਪ ਇੱਥੇ ਨਹੀਂ ਗਿਆ ਮੈਂ ਵਟਸਐਪ 'ਤੇ ਤੁਹਾਨੂੰ ਮੈਸੇਜ ਕਰ ਦਿੰਦਾ ਤੁਹਾਡੇ ਨੰਬਰ ਥੋੜ੍ਹੀ ਬਜ਼ੁਰਗ ਪੁਲਿਸ ਆਏ ਮਦਰ ਆਫ ਜੋਰਜੀਆ ਦਾ ਸਟੈਚੂ ਅਤੇ ਆਪਾਂ ਥੱਲੇ ਆ ਗਏ ਹਾਂ ਅਤੇ ਇੱਦਾਂ ਨਾ ਜਿਹੜੇ ਇਜ਼ਰਾਈਲ 'ਚ ਜਿਹੜੀ ਵੋਰ ਹੋਈ ਸੀ ਉਹਦੇ ਵਿੱਚ ਜਿਹੜੇ ਜੋਰਜੀਅਨ ਆਰਮੀ ਮੈਨ ਜਾਂ ਇੱਥੋਂ ਦੇ ਲੋਕ ਜਿਹੜੇ ਸ਼ਹੀਦ ਹੋਏ ਸੀ ਸਾਰਿਆਂ ਦੀ ਫੋਟੋ ਲੱਗੀ ਹੋਈ ਹੈ ਬਸ ਇੱਕ ਘੁੰਮ ਯਾਰ ਉੱਧਰ ਮੇਹ ਬੈਗ ਲੱਗੀ ਆ ਗੱਡੀਆਂ ਇੱਥੇ ਬੜੀ ਘੈਂਟ ਘੈਂਟ ਚਲੋ ਜੀ ਆਪਾਂ ਜਾਣਾ ਹੁਣ ਕੀ ਨਾਮ ਲਿਬਰਟੀ ਸਕੁਏਅਰ ਆ ਇੱਥੇ ਜਿੰਨੀਆਂ ਗੱਡੀ ਲੱਗੀਆਂ ਨੇ ਸਾਰੀਆਂ ਰੈਂਟ ਵਾਸਤੇ ਆ ਇਹਨਾਂ ਨੇ ਬਾਹਰ ਵੋਟ ਲਾਏ ਹੋਏ ਆ ਅਤੇ ਹੁਣ ਅਸੀਂ ਜਾ ਰਹੇ ਹਾਂ ਜੀ ਲਿਬਰਟੀ ਸਕੁਏਅਰ ਉਸ ਤੋਂ ਬਾਅਦ ਜਾਵਾਂਗੇ ਆਪਾਂ ਇੱਕ ਇੱਥੇ ਲੋਕਲ ਮਾਰਕੀਟ ਆ ਉੱਧਰ ਜਾਵਾਂਗੇ ਪਹਿਲਾਂ ਆਪਾਂ ਲਿਬਰਟੀ ਸਕੁਏਅਰ ਚੱਲਦੇ ਹਾਂ ਆਹ ਕਿੰਨੇ ਵਧੀਆ ਵੇਖੇ ਵਾਈਨ ਦੀਆਂ ਬੋਤਲਾਂ ਦੇ ਉੱਪਰ ਵਾਈਨ ਦੀਆਂ ਬੋਤਲਾਂ ਡਿਕੋਰ ਕੀਤੀਆਂ ਹੋਈਆਂ ਨੇ ਇੱਥੇ ਬਹੁਤ ਲੋਕ ਵਾਈਨ ਪੀਂਦੇ ਅੰਦਰ ਦਰਜੀ ਸਾਹਿਬ ਬੈਠੇ ਨੇ ਉਹ ਦੇਖੇ ਕਿੰਨੇ ਸੋਹਣੇ ਆ ਅੱਧਾ ਦਿਨ ਮੋਗਿਆ ਅਤੇ ਹੁਣ ਜਾ ਕੇ ਜੋਤੀਆ ਦੀ ਬੱਸ ਵੇਖੀ ਹੈ ਅਤੇ ਬੱਸਾਂ ਹੀ ਬੜੀਆਂ ਸੋਹਣੀਆਂ ਨੇ ਅਤੇ ਵਿੰਟੇਜ ਗੱਡੀਆਂ ਇੱਥੇ ਜ਼ਿਆਦਾ ਨੇ ਨਵੀਆਂ ਨਾਲੋਂ ਆਹ ਵਾਈਨ ਦੀਆਂ ਸ਼ੋਪਾਂ ਤੁਹਾਨੂੰ ਹਰ ਮੋੜ 'ਤੇ ਮਿਲ ਜਾਣਗੀਆਂ ਇੱਥੇ ਇੱਕ ਆਪਾਂ ਫਰੂਟ ਸ਼ੋਪ 'ਤੇ ਰੁਕੇ ਹਾਂ ਇੱਥੇ ਦੇਖੋ ਯਾਰ ਇਮਲੀ ਇਹਨਾਂ ਨੇ ਕਿੱਦਾਂ ਟੰਗੀ ਹੋਈ ਆ ਸਾਰੀਆਂ ਇਮਲੀਆਂ ਨੇ ਕਿੰਨੇ ਤਰ੍ਹਾਂ ਦੀਆਂ ਇਮਲੀਆਂ ਨੇ ਇੱਥੇ ਸੇਬ ਦੇਖਿਓ ਮੈਂ ਲਿਸ਼ਕ ਰਿਹਾ ਪੂਰੇ ਇੱਧਰ ਚੀਜ਼ ਆ ਔਰ ਟੋਮੈਟੋ ਦੇਖੇ ਛੋਟੇ ਛੋਟੇ ਕਿੰਨੇ ਤਰ੍ਹਾਂ ਦੀਆਂ ਇਮਲੀਆਂ ਨੇ ਉੱਥੇ ਦੇਖਿਓ ਹੁਣ ਇੱਥੇ ਆਪਾਂ ਰੁਕੀਆਂ ਜੀ ਕੁਛ ਖਾਣ ਲਈ ਇੱਥੇ ਆ ਪੰਜ ਪੰਜ ਯੈਲ ਦੀਆਂ ਆਈਟਮਾਂ ਹੈਗੀਆਂ ਆਪਾਂ ਹੈਮਬਰਗਰ ਲਿਆ ਵਾ ਬਾਕੀ ਇਹਨਾਂ ਵਿੱਚ ਬੇਕਨ ਵੀ ਹੈਗਾ ਸੀ ਕੋਈ ਕੈਚਅਪ ਨਹੀਂ ਇਹਨਾਂ ਕੋਈ ਗਰਮ ਨਹੀਂ ਕੁਛ ਨਹੀਂ ਗਰਮ ਤਾਂ ਹੈਗਾ ਠੀਕ ਆ ਇੱਥੇ ਜੋਰਜੀਆ ਵਿੱਚ ਨਾ ਜਿਹੜੇ ਗਰੋਸਰੀ ਸਟੋਰ ਹੁੰਦੇ ਆ ਉਹ ਸਪਾਰ ਦੇ ਹੁੰਦੇ ਆ SPAR ਜਿਵੇਂ ਬੈਂਕਕ ਦੇ 7-11 ਆ 24/7 ਆ ਉਵੇਂ ਇੱਥੇ ਸਪਾਰ ਹੁੰਦਾ ਵਾ ਹਰ ਇੱਕ ਚੀਜ਼ ਮਿਲ ਜਾਂਦੀ ਬਟ ਤੁਹਾਨੂੰ ਇੱਥੇ ਵੀ ਨਾ ਗਰੋਸਰੀ ਸਟੋਰ ਦਾ ਵੀ ਵਾਈਨ ਮਤਲਬ ਕਿ ਤੁਹਾਨੂੰ ਹਰ ਸਟੋਰ 'ਤੇ ਵਾਈਨ ਜ਼ਰੂਰ ਦਿਖੂਗੀ ਚਾਹੇ ਉਹ ਕੈਫੇ ਆ ਰੈਸਟੋਰੈਂਟ ਆ ਭਾਵੇਂ ਗਰੋਸਰੀ ਸਟੋਰ ਆ ਵਾਈਨ ਪੱਕਾ ਦਿਖੂਗੀ ਉੱਧਰ ਸਾਰਾ ਬੇਕਰੀ ਸੈਕਸ਼ਨ ਆ ਸਾਰੀਆਂ ਦੇ ਸ਼ਰਾਬਾਂ ਵਾਈਨ ਅਤੇ ਅਸੀਂ ਆਏ ਹਾਂ ATM 'ਚੋਂ ਪੈਸੇ ਵਿਦਡਰੋਅ ਕਰਨ ਵਾਸਤੇ ਇਹ ਫ੍ਰੀ ਵਾਲਾ ਵਾ ਫ੍ਰੀ ਨਹੀਂ ਪਤਾ ਨਹੀਂ ਮੈਨੇ ATM ਟਰਾਈ ਕਰੋ ਟੈਪ ਵਾਲਾ ਸਿਸਟਮ ਹੁਣ ਇਹ ਬੰਦਾ ਸਾਨੂੰ ਲੈ ਕੇ ਜਾ ਰਿਹਾ ਵਾ ATM ਵੱਲ ਕਿਉਂਕਿ ਜਿਹੜਾ ਪਿਛਲਾ ਸੀ ਸਪਾਰ ਵਾਲਾ ATM ਉਹ ਚੱਲ ਨਹੀਂ ਰਿਹਾ ਸੀ ਅਤੇ ਅਸੀਂ ਤਿਆਰੀ ਕਰ ਰਹੇ ਜੀ ਅਰਮੇਨੀਆ ਦੀ ਤਬਲੀਸੀ ਤੋਂ ਕੱਲ੍ਹ ਅਰਮੇਨੀਆ ਜਾਵਾਂਗੇ ਉੱਧਰ ਇੱਕ ਦਿਨ ਦਾ ਟੂਰ ਆ ਸੋ ਉਹ ਸਾਰਾ ਡਿਸਕਸ ਕਰ ਰਹੇ ਹਾਂ ਬਾਕੀ ਤੁਹਾਨੂੰ ਹਲੇ ਅੱਗੇ ਦੱਸਦੇ ਪਹਿਲਾਂ ਡੀਲ ਡਨ ਹੋ ਜੇ ਫਿਰ ਸਾਰੀ ਉਹਦੀ ਡਿਟੇਲਾਂ ਦੇਵਾਂਗੇ ਤੁਹਾਨੂੰ ਇਹ ਤਬਲੀਸੀ ਤਾਂ ਕਾਫੀ ਕੁਛ ਹੈਗਾ ਘੁੰਮਣ ਲਈ ਪਰ ਮੇਨ ਮੇਨ ਜਗ੍ਹਾ ਆਪਾਂ ਘੁੰਮਾਂਗੇ ਅੱਜ ਹੀ ਸਾਰੇ ਕਵਰ ਕਰਨੀ ਆ ਵਾ ਫਿਰ ਕੱਲ੍ਹ ਅਰਮੇਨੀਆ ਜਾਵਾਂਗੇ ਪਰਸੋਂ ਤਬਲੀਸੀ ਥੋੜ੍ਹਾ ਘੁੰਮਾਂਗੇ ਫਿਰ ਜਾਣਾ ਆਪਾਂ ਬਾਥੂਮੀ ਤਬਲੀਸੀ ਬਿਲਕੁਲ ਓਪੋਜਿਟ ਜਿੱਥੇ ਟਰਕੀ ਬੋਰਡਰ ਨਾਲ ਲੱਗਦਾ ਵਾ ਸੋ ਬਾਥੂਮੀ ਵੀ ਜਾਣਾ ਵਾ ਬਾਏ ਟ੍ਰੇਨ ਸੋ ਇਹ ਸਾਰੀਆਂ ਗੱਲਾਂ ਬਾਤਾਂ ਕਰ ਰਹੇ ਹਾਂ ਸਲਾਮਾਂ ਲੈ ਰਹੇ ਹਾਂ ਪੁੱਛ ਪੜਤਾਲ ਕਰ ਰਹੇ ਹਾਂ ਟੁਡੇ ਮੂਨ
ਹੁਣੀ ਏਟੀਐਮ ਆਏ ਸੀ ਯਾਰ ਅਤੇ ਆਪਾਂ ਹਰਮੀਨੀਆ ਜਾਣਾ ਵਾ ਕੈਸ਼ ਵੀਡੀਓ ਕਰਨਾ 450 500 ਕਰਾਇਆ ਵਾ ਅਤੇ ਨੋਟ ਵੇਖਿਓ ਆਹ ਤਾਂ ਇੰਡੀਆ ਨਾਲੋਂ ਵੀ ਮਾੜੇ ਆ 5 ਦਾ ਨੋਟ ਠੀਕ ਹੈ ਇੰਡੀਆ ਨਾਲੋਂ ਤਾਂ ਵਧੀਆ ਯਾਰ ਨਹੀਂ ਯਾਰ ਇੱਦਾਂ ਨਹੀਂ ਯਾਰ ਆਈ ਲਵ ਇੰਡੀਆ ਵਾਪਸ ਨਹੀਂ ਜਾਣਾ ਇਹ ਆਹ 5 ਦਾ ਵਾ ਆਹ 20 ਦਾ ਨੋਟ ਆ ਦੇਖਿਆ ਆਹ ਜਿਹੜਾ ਸੱਚ ਬਣੇ ਉੱਪਰ ਅਤੇ 20 ਦਾ ਹੋ ਗਿਆ ਫਿਰ 50 ਦਾ ਵਾ ਠੀਕ ਹੈ ਕਰੰਸੀ ਨੋਟ ਬੈਡ ਠੀਕ ਆ ਹਾਂਜੀ ਹੋ ਗਿਆ ਕੰਮ ਡਨ ਭਾਜੀ ਆਹ ਫੜੋ ਪੇਮੈਂਟ ਸਦਨ ਫੜੋ 50 50 ਫੜਾਉਣੇ ਨੇ 50 ਦਿੰਨੇ ਨੂੰ ਯਾਰ ਮੈਨੂੰ ਲੱਗਾ ਸੀ ਜੋਰਜੀਆ ਦੇ ਨੋਟ ਕਾਫੀ ਵਧੀਆ ਹੋਣਗੇ ਪਰ ਇਹਦਾ ਬਹੁਤ ਹੀ ਮਾੜੇ ਯਾਰ ਆਹ ਹੈਗਾ ਉਹ 50 ਦਾ ਨੋਟ ਇਹਨਾਂ ਦੀ ਕੋਈ ਰਾਣੀ ਰੂਣੀ ਲੱਗਦੀ ਹੈ ਅਤੇ ਆਹ ਹੈਗਾ 20 ਦਾ ਇਹਦੇ ਪਿੱਛੇ ਆਹ ਸਟੈਚੂ ਬਣਿਆ ਵਾ ਜਿਹੜਾ ਉਹ ਸਾਹਮਣੇ ਟੀ ਵਲੋਗ 'ਚ ਦੇਖਿਆ ਹੋਣਾ ਵਾ ਜਦੋਂ ਆਪਾਂ ਉਹ ਸ਼ਿਪ ਰਾਈਡ ਕੀਤੀ ਅਤੇ ਆਹ ਹੈਗਾ ਵਾ 5 ਦਾ ਨੋਟ ਕਿੰਨੇ 16,700 500 ਦੇ ਚੈੱਕ ਕਰਾ ਬਸ ਠੀਕ ਹੈ ਏਟੀਐਮ ਕੈਸ਼ ਤੋਂ ਕਢਾਇਆ ਏਟੀਐਮ ਕੈਸ਼ ਕਢਾਇਆ 16,000 ਹੁਣ ਇੱਧਰ ਆਪਾਂ ਸਟਰੀਟ ਘੁੰਮਦੇ ਘੁੰਮਦੇ ਆਏ ਜੀ ਇੱਧਰ ਸਾਹਮਣੇ ਆ ਜੀ ਇਨਫੋਰਮੇਸ਼ਨ ਸੈਂਟਰ ਆਫ ਨਾਟੋ ਐਂਡ ਯੂਰਪ ਨਾਟੋ ਦਾ ਆਫਿਸ ਆ ਯਾਰ ਜਿਹੜਾ ਯੂਕਰੇਨ ਅਤੇ ਰਸ਼ੀਆ ਦੀ ਵੋਰ ਹੋਈ ਸੀ ਨਾ ਉਦੋਂ ਤੀਆ ਨਾਟੋ ਸੁਣਿਆ ਹੋਣਾ ਵਾ ਉਹ ਸਾਹਮਣੇ ਬਰਬਰੀ ਦਾ ਸਟੋਰ ਆ ਉਹ ਵਾ ਝੰਡਾ ਨਾਟੋ ਦਾ ਨਾਟੋ ਯੂਰਪ ਅਤੇ ਜੋਰਜੀਆ ਆਂਟੀ ਐਵੇਂ ਫੁੱਲ ਫੜਾਈ ਜਾਂਦੇ ਆ ਕੀ ਕਰੀ ਹੁਣ ਹਾਂ ਦੇ ਦਿਓ ਥੈਂਕ ਯੂ ਯੂ ਟੇਕ ਦਿਸ ਥੈਂਕ ਯੂ ਆਂਟੀਆਂ ਵੀ ਬੜੀਆਂ ਤੇਜ਼ ਇੱਥੋਂ ਦੀਆਂ ਹੁਣ ਪਤਾ ਕਿ ਇਹ ਇੱਦਾਂ ਦੇ ਇਹ ਤੇ ਫਲਾਰ ਬੰਦਾ ਇੰਨਾ ਤਾਂ ਬਸ਼ਰਮ ਹੋਊਗਾ ਨਹੀਂ ਇਹ ਕੁਛ ਦਿਨ ਦੇ ਬਿਨਾਂ ਜਾਊਗਾ ਇੱਦਾਂ ਹੀ ਕਈ ਬਸ਼ਰਮ ਹੋਣਗੇ ਪਰ ਅਸੀਂ ਨਹੀਂ ਹੈਗੇ ਯਾਰ ਕੀ ਕਰ ਸਕਦੇ ਹਾਂ ਉੱਤੇ ਵੀ ਆ ਆਂਟੀ ਨੂੰ ਚਲੋ ਕੋਈ ਚੱਕਰ ਨਹੀਂ ਬਾਹਰ ਰੋਡ ਦੇ ਨਾਲ ਨਾਲ ਇੱਕ ਅੰਦਰੋਂ ਰਸਤਾ ਹੈਗਾ ਵਾ ਇੱਧਰ ਸਾਰੀ ਗ੍ਰਾਫਟੀ ਬਣੀ ਹੋਈ ਹੈ ਰਸਤਾ ਤਾਂ ਬੋਲਿਆ ਘੰਟੇ ਯਾਰ ਆਹ ਦੇਖੀ ਇੱਧਰ ਹਾਈਵੇ ਆ ਇੱਧਰ ਥੱਲੇ ਦੀ ਰਸਤਾ ਕਿੰਨਾ ਵਧੀਆ ਯਾਰ ਇੱਧਰ ਗ੍ਰਾਫਟੀ ਬਣੀ ਆ ਓ ਮਾਈ ਗੋਡ ਅਰਮੇਨੀਆ ਦਾ ਡਨ ਹੋ ਗਿਆ ਜੀ ਕੱਲ੍ਹ ਅਸੀਂ ਅਰਮੇਨੀਆ ਜਾ ਰਹੇ ਹਾਂ ਅੱਜ ਤਬਲੀਸੀ ਕੱਲ੍ਹ ਅਰਮੇਨੀਆ ਮਜ਼ੇ ਆਉਣ ਵਾਲੇ ਆ ਤੁਹਾਨੂੰ ਵੀ ਵਲੋਗ ਦੇਖ ਕੇ ਅਤੇ ਸਾਨੂੰ ਵੀ ਘੁੰਮ ਫਿਰ ਕੇ ਆ ਗ੍ਰਾਫਟੀ ਦੇਖ ਕੇ ਯਾਰ ਮੇਰਾ ਜਿੱਥੇ ਗ੍ਰਾਫਟੀ ਹੋਣਾ ਦੇਖ ਕੇ ਮੇਰਾ ਦਿਲ ਖੁਸ਼ ਹੋ ਜਾਂਦਾ ਮੈਨੂੰ ਬਹੁਤ ਪਸੰਦ ਯਾਰ ਹੁਣ ਬਾਹਰ ਕਿੱਧਰ ਜਾਣਾ ਵਾ ਥੱਲੇ ਤਾਂ ਆ ਗਏ ਹਾਂ ਐਂ ਕਾਹ ਰਸਤਾ ਵਾ ਓਹੋ ਅੰਕਲ ਜੀ ਰੁੱਕ ਜਾਓ ਵਿੱਚੋਂ ਵਿੱਚ ਹੋ ਗਏ
ਇੱਥੇ ਵੀ ਕੋਈ ਚੱਕਰ ਨਹੀਂ ਆ, ਉਹ ਦੂਸਰੀ ਗੱਡੀ ਵੀ ਗਈ ਆ। ਹੁਣ ਪਿੱਛੇ ਅੰਕਲ ਦਾ ਫੁੱਲ ਕੰਮ ਸੈੱਟ ਆ। ਅੰਕਲ ਜੀ ਤਾਂ ਭੱਜ ਗਏ ਆ, ਲੋ ਜੀ ਸਿਗਨਲ ਵੀ ਗ੍ਰੀਨ ਹੋ ਗਿਆ। ਕਿੰਨੇ ਤਰ੍ਹਾਂ ਦੇ ਰੋਜ਼ ਆ, ਸਾਰੇ ਅਲੱਗ ਅਲੱਗ ਕਲਰ। ਸੋਹਣਾ ਸਭ ਤੋਂ ਜ਼ਿਆਦਾ ਰੈੱਡ ਹੀ ਲੱਗਦਾ ਯਾਰ। ਪੁਲਿਸੀ ਦੇ ਕੁੱਤੇ ਵੀ ਵੇਲੋ ਗੱਡੀਆਂ ਨੂੰ ਦੇਖ ਕੇ ਭੌਂਕਦੇ, ਪਿੱਛੇ ਭੱਜਦੇ ਆ। ਗੈਂਗ ਹੈ ਪੂਰੀ, ਗੈਂਗ ਕਤੀੜ ਗੈਂਗ। ਉਹ ਦੇਖਿਓ ਅਸੀਂ ਆ ਬ੍ਰਿਜ ਕ੍ਰੋਸ ਕਰਕੇ ਜਾ ਰਹੇ ਹਾਂ ਸਟੇਸ਼ਨ ਸਕੁਏਅਰ। ਇੱਥੇ 2 ਕਿਲੋਮੀਟਰ ਹੈਗਾ ਵਾ, ਸੋ ਵੋਕ ਕਰਦੇ ਜਾਂਦੇ ਹਾਂ ਆਰਾਮ ਨਾਲ। ਹਾਲੇ 4 ਵਜੇ ਆ, 6:30 ਸਨਸੈੱਟ ਹੁੰਦਾ ਵਾ, ਸੋ ਵਾਧੂ ਟਾਈਮ ਆ। ਆਓ ਦੇਖੀਏ ਕਿੰਨੇ ਪੁਰਾਣੇ ਕੈਮਰੇ ਨੇ ਯਾਰ। ਆ ਦੇਖੀ ਓਲਡ ਕਲੈਕਸ਼ਨ। ਆਹੋ ਇਸ ਸਟਿਲ ਵਰਕਿੰਗ 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 ਵਰਕਿੰਗ। ਸਰ ਆ ਬਹੁਤ ਪੁਰਾਣੇ ਕੈਮਰੇ ਨੇ ਯਾਰ। ਹਾਂ ਦੇਖਿਓ ਯਾਰ ਸਟਰ ਕਿੱਡੇ ਤਕੜੇ ਨੇ। ਇੱਥੇ ਸਾਰੇ ਸੈਗੀ ਰਹਿਣ ਚੀਜ਼ਾਂ ਮਿਲ ਰਹੀਆਂ, ਇੱਧਰ ਜਿਵੇਂ ਘੜੀਆਂ ਨੇ। ਆਹ ਦੇਖੀ ਯਾਰ ਇੱਥੇ ਘੜੀਆਂ ਕਿੰਨੀਆਂ ਸੋਹਣੀਆਂ ਨੇ। ਆਹ ਰੋਲੈਕਸ ਹੈ, ਇਹ ਪੁਰਾਣੀ ਹੁਣ ਓਰੀਜਨਲ ਆ ਕੇ ਡੁਪਲੀਕੇਟ ਆ। ਸਭ ਪੁਰਾਣੀਆਂ ਚੀਜ਼ਾਂ ਨੇ, ਰੋਲੈਕਸ ਆ ਰੋਲੈਕਸ। ਆਹ ਚੈੱਕ ਕਰੋ, ਪਤਾ ਨਹੀਂ ਓਰੀਜਨਲ ਕੀ ਆ। ਆਹ ਨੰਬਰ ਪਲੇਟ ਵੀ ਕਿਹਦੀ ਪਈ, ਪੁਰਾਣੀਆਂ ਚੀਜ਼ਾਂ ਸਭ ਵਿੰਟੇਜ ਲੱਗੀ। ਹਾਂ ਮੇਰੇ ਘੜੀ ਆ। ਵਿਚ ਕੰਟਰੀ ਪਲੇਟ? ਬੰਗਲਾਰੀ ਬੰਗਲਾਰੀ ਜੋਰਜੀਆ ਕੁਕੋਨ ਮਾਨੀ ਜੋਰਜੀਆ ਜੋਰਜੀਆ ਜੋਰਜੀਅਨ ਮਨੀ ਆ। 20,000 ਦਾ ਨੋਟ ਸੀ ਯਾਰ ਪਹਿਲਾਂ, ਦੇਖਿਓ ਇੱਥੇ ਦਰੁਕੋ ਇੱਥੇ ਦਰੁਕੋ ਇੱਥੇ ਦਰੁਕੋ। ਅੱਛਾ ਟਿਕਟਾਂ ਨੇ, ਓਲਡ ਮਨੀ। ਦੇਖਿਓ ਪੁਰਾਣੇ ਜੋਰਜੀਆ ਸਿੱਕੇ। ਆਹ ਸਿੱਕੇ ਚੈੱਕ ਕਰੋ ਪੁਰਾਣੇ ਜੋਰਜੀਆ ਦੇ। ਹਾਂ this is gold oh so old old oh, old ਦਾ ਪਤਾ ਮੈਨੂੰ ਬਸ ਮਾਤਰੇ। ਆ ਵੀ ਸਿੱਕੇ ਜੇ ਆ ਕਰੰਸੀ ਸਾਰੀ oh so
ਆ ਜਿਹੜਾ ਸਿੱਕਾ ਨਾ ਇਹ 1725 ਦਾ ਵਾ। 20 ਲਾਰੀ 20 ਆ 1 ਲੱਖ ਦਾ ਨੋਟ, 1 ਲੱਖ ਦਾ ਨੋਟ ਵੀ ਹੈਗਾ ਵਾ। ਇਹ ਤਾਂ ਓਲਡ ਰਸ਼ੀਅਨ ਮਨੀ। ਓਕੇ ਰਸ਼ੀਅਨ। ਇਹ ਤਾਂ ਓਲਡ ਜਾਰਜੀਆ। ਓਲਡ ਜਾਰਜੀਆ, ਓਲਡ ਜਾਰਜੀਆ। ਅੱਛਾ 1 ਰੁਪਿਆ ਹੀ ਪੁਰਾਣਾ। ਉਹੀ ਸਾਰਾ ਇੱਥੇ ਪੁਰਾਣਾ ਸਮਾਨ। ਇੱਥੇ ਲਾਇਸੈਂਸ ਪਲੇਟਾਂ ਦੇਖੀ ਯਾਰ ਕਿੰਨੀਆਂ ਪਈਆਂ ਹੋਈਆਂ, ਸ਼ਾਰਜਾ ਦੀ, ਟੈਕਸਸ ਦੀ, ਮਿਸੋਰੀ ਦੀ, ਵਾਸ਼ਿੰਗਟਨ ਦੀ, ਵਰਜੀਨੀਆ ਦੀ, ਨਿਊ ਜਰਸੀ ਦੀ, ਸਭ ਪੁਰਾਣਾ ਕਲੈਕਸ਼ਨ ਪਿਆ ਹੋਇਆ। ਆਖਿਰ ਵੀ ਆਪਣੇ ਪੁਰਾਣੇ ਨੋਟ ਨਹੀਂ ਵੇਖਦੇ ਉਵੇਂ ਆ। ਆਹ 2 ਰੁਪਏ ਦਾ ਨੋਟ, ਆਹ ਸਿੱਕੇ ਦੇਖਿਓ, ਉਹ ਡੰਬਲ ਕਿਹੜਾ, ਆਹ ਚਾਬੀਆਂ ਦੇਖੀ ਯਾਰ ਕਿੰਨੀਆਂ ਪੁਰਾਣੀਆਂ ਨੇ। ਇਹ ਸੋਵੀਅਤ ਯੂਨੀਅਨ ਟਾਈਮ ਦੀਆਂ ਵਾ। ਇਹਨਾਂ ਦੇ ਗੇਟ ਕਿੰਨੇ ਵੱਡੇ ਵੱਡੇ ਹੋਣਗੇ, ਲੋਕ ਕਿੰਨੇ ਵੱਡੇ ਹੋਣਗੇ, ਇਹ ਚਾਬੀਆਂ ਇੰਨੀਆਂ ਨੇ। ਹੁਣ ਆਇਆ ਜੀ ਫਰੈਸਕੋ 24/7। ਕੁਛ ਖਾ ਲਈਏ ਕਿਉਂਕਿ ਜਿੰਨਾ ਆਪਾਂ ਤੁਰਦੇ ਹਾਂ ਓਨੀ ਭੁੱਖ ਜ਼ਿਆਦਾ ਲੱਗਦੀ ਆ। ਵਾਓ ਸਾਰਾ ਸੁਪਰ ਮਾਰਕੀਟ ਹੋ ਯਾਰ ਪੂਰੀ। ਬ੍ਰਦਰ ਆਲੂ ਦੇਖਿਓ ਕਿੰਨੇ ਗੰਦੇ, ਇੱਥੇ ਮਿੱਟੀ ਲੱਗੀ ਹੋਈ। ਯੋਗਟ ਕਿੰਨੇ ਤਰ੍ਹਾਂ ਦੇ ਯਾਰ ਇੱਥੇ, ਇੱਦਾਂ ਸਾਰੇ ਫਰੂਟਸ ਨੇ। ਹੁਣ ਅਸੀਂ ਤੁਰੇ ਜਾ ਰਹੇ ਹਾਂ ਜੀ ਸਟੇਸ਼ਨ ਸਕੁਆਇਰ ਵੱਲ ਨੂੰ। ਇੱਕ ਰਸਤੇ ਲੱਗੀ ਹੈ ਨਿਸਾਨ, ਆਈ ਥਿੰਕ ਇਹ GTR ਆ। ਥੋੜ੍ਹੀ ਟਿਊਨ ਹੋ ਰਹੀ ਆ ਹਾਲੇ। ਹੁਣ ਅਸੀਂ ਪਹੁੰਚ ਚੁੱਕੇ ਜੀ ਸਟੇਸ਼ਨ ਸਕੁਏਅਰ। ਇੱਥੇ ਇੱਕ ਗੋਲਡ ਮਾਰਕੀਟ ਆ ਅਤੇ ਥੋੜ੍ਹੇ ਗਰੋਸਰੀ ਸਟੋਰ ਆ, ਸੁਪਰ ਮਾਰਕੀਟ ਹੈਗੀਆਂ ਨੇ ਅਤੇ ਬੱਸ ਸਟੇਸ਼ਨ ਵੀ ਆ। ਇਹ ਕਿੱਥੇ ਲਿਖਿਆ ਜੀ, ਆ ਔਰ ਗੋਲਡ ਮਾਰਕੀਟ ਅਤੇ ਇੱਕ ਉੱਧਰਲੀ ਸਾਈਡ ਮਾਰਕੀਟ ਆ। ਅਤੇ ਟਾਈਮ ਵੀ 6 ਵੱਜ ਗਿਆ, ਬੱਸ ਸਨਸੈਟ ਹੋਣ ਹੀ ਵਾਲਾ ਵਾ। ਅਸੀਂ ਬਹੁਤ ਤੁਰ ਕੇ ਆਏ ਯਾਰ, ਘੱਟੋ ਘੱਟ 3 ਕਿਲੋਮੀਟਰ ਤੁਰ ਕੇ ਆਏ ਹਾਂ। ਅਤੇ ਆਪਾਂ ਆਪਣੇ ਹੋਟਲ ਤੋਂ ਐਸਟੀਮੇਟ ਲਾਈਏ ਤਾਂ ਇਹ ਟੋਟਲੀ 5 ਕਿਲੋਮੀਟਰ ਤੁਰ ਪਏ ਹਾਂ। ਅਤੇ ਹੁਣ ਜਾ ਕੇ ਲੱਤਾਂ ਥੋੜ੍ਹੀਆਂ ਜਵਾਬ ਦੇਣ ਲੱਗ ਪਈਆਂ ਨੇ, ਪਰ ਸਟਿਲ ਜੀ ਤੁਰ ਲਾਂਗੇ ਥੋੜ੍ਹਾ ਬਹੁਤ, ਪਰ ਵਧੀਆ ਵਾਲੀ ਬੋਰ ਨਹੀਂ ਹੋਏ ਤੁਰਦੇ ਤੁਰਦੇ ਵਧੀਆ ਸੀ। ਸਹੀ ਗੱਲ, ਕਈ ਏਰੀਏ ਤਾਂ ਬਹੁਤੇ ਬੇਕਾਰ ਆ ਯਾਰ, ਜਿਵੇਂ ਆਹ ਦੇਖਿਓ ਆਹ ਗੋਲਡ ਮਾਰਕੀਟ ਦੁਬਾਰਾ ਕੀ ਹਾਲ ਆ। ਕਈ ਏਰੀਏ ਤਾਂ ਬਹੁਤ ਫਸਟ ਕਲਾਸ ਨੇ, ਪਰ ਕਈ ਉਹ ਹਰ ਜਗ੍ਹਾ ਹੀ ਹੈ, ਕਿਤੇ ਵਧੀਆ ਕਿਤੇ ਬੁਰਾ। ਪਰ ਇੱਥੇ ਜੋ ਜੇ ਜ਼ਿਆਦਾ ਲੱਗੇ ਯਾਰ, ਘਰ ਘੁਰ ਵੇਖੇ, ਪੁਰਾਣਾ ਸਟਰਕਚਰ ਹੈ ਨਾ, ਬਹੁਤ ਜ਼ਿਆਦਾ ਪੁਰਾਣਾ। ਜਿਵੇਂ ਦਿੱਲੀ ਸਰੋਜਨੀ ਮਾਰਕੀਟ ਨਾ, ਉਵੇਂ ਆ ਜੋਰਜੀਆ ਦੇ ਵਿੱਚ ਤਬਲੀਸੀ ਵਿੱਚ ਮਾਰਕੀਟ ਆ ਸਟੇਸ਼ਨ ਸਕੁਏਅਰ। ਆਹ ਦੇਖ ਲਓ ਸਾਰੇ ਕੱਪੜੇ ਕੁੱਪੜੇ ਆ, ਉੱਧਰ ਚੱਪਲਾਂ ਨੇ। ਆਈ ਥਿੰਕ ਇਹ ਨਵੇਂ ਆ, ਯੂਜ਼ ਨਹੀਂ ਹੈ, ਨਵੇਂ ਆ। ਇਹ ਸਮਝ ਨਹੀਂ ਆਉਂਦੇ ਕੀ ਕਹਿੰਦੇ। ਸਮਝ ਆ ਰਹੀ ਕੁਛ,
ਆ ਰਹੀ ਉਹ ਕਹਿ ਰਹੇ ਕਿ ਤੁਹਾਡੇ ਮਤਲਬ ਦਾ ਇੱਥੇ ਕੋਈ ਕੰਮ ਨਹੀਂ 200 150 ਦੀ ਜੁੱਤੀਆਂ ਸ਼ੂਜ਼ ਦੇਖੀ ਉਹੀ 3300 ਦੀ ਪੈਂਦੀ ਹੈ ਸੌ ਦੇ ਹਿਸਾਬ ਨਾਲ ਹੈ ਤਾਂ ਕਾਪੀ ਆ ਇੱਥੇ ਜੈਕਟਾਂ ਪੁੱਛੀਆਂ ਨੌਰਥ ਫੇਸ ਦੀ ਹੈ ਤਾਂ ਚਲੋ ਕਾਪੀ ਆ ਅਤੇ 100 ਯੈਲ ਦੀਆਂ ਮਿਲਦੀਆਂ ਨੇ ਇੰਡੀਆ ਦੇ ਆਲਮੋਸਟ 3200-3300 ਦੀ ਵਧੀਆ ਜੀਨ ਦੇਖੇ ਕਈਆਂ ਦੀ ਆਊਟਫਿਟ ਬਹੁਤ ਵਧੀਆ ਵਾ ਕੱਪੜੇ ਬਹੁਤ ਵਧੀਆ ਪਾਏ ਹੁੰਦੇ ਕਈਆਂ ਨੇ ਅਸੀਂ ਸਵੇਰ ਦੇ ਇੱਥੇ ਤਬਲੀਸੀ ਘੁੰਮ ਰਹੇ ਹਾਂ ਸਾਨੂੰ ਇੱਕ ਵੀ ਪੰਜਾਬੀ ਨਹੀਂ ਮਿਲਿਆ ਇੱਕ ਵੀ ਪੱਗ ਵਾਲਾ ਨਹੀਂ ਮਿਲਿਆ ਪੰਜਾਬੀ ਇੱਕ ਦੋ ਮਿਲੇ ਹੀ ਸਾਨੂੰ ਪਰ ਇੱਕ ਵੀ ਪੱਗ ਵਾਲਾ ਨਹੀਂ ਮਿਲਿਆ ਹੁਣ ਇੱਕ ਸਾਨੂੰ ਇੰਡੀਅਨ ਮਿਲਿਆ ਭਰਾ ਉਹ ਕਹਿੰਦਾ ਮੈਂ ਦੂਰੋਂ ਵੇਖ ਲਿਆ ਕਿ ਆਪਣੇ ਬੰਦੇ ਘੁੰਮ ਰਹੇ ਕਹਿੰਦੇ ਇੱਥੇ ਨਾ ਬਹੁਤ ਰੇਅਰ ਘੁੰਮਦੇ ਆ ਜ਼ਿਆਦਾਤਰ ਜਾਂ ਸਟੂਡੈਂਟਸ ਹੁੰਦੇ ਜਿਹੜੇ ਮੈਡੀਕਲ ਸਟੱਡੀ ਕਰਨ ਵਾਸਤੇ ਹੁੰਦੇ ਆ ਅਤੇ ਟੂਰਿਸਟ ਬਹੁਤ ਘੱਟ ਹੁੰਦੇ ਆ ਪੰਜਾਬੀ ਸੋ ਕਾਫੀ ਖੁਸ਼ ਹੁੰਦੇ ਲੋਕ ਕਹਿੰਦੇ ਸਾਹਮਣੇ ਦੁਕਾਨ ਆਪਣੀ ਇੰਡੀਆ ਸਟੋਰ ਆ ਤੁਸੀਂ ਉੱਥੇ ਆਓ ਖਾਣੇ ਪੀਣੇ ਤਾਂ ਉਸ ਮੈਂ ਆ ਗਿਆ 2 ਮਿੰਟ 'ਚ ਅਸੀਂ ਹੁਣ ਮਾਰਕੀਟ ਘੁੰਮ ਰਹੇ ਹਾਂ ਐਂ ਲੱਗਦਾ ਜਿਵੇਂ ਸਰੋਜਨੀ ਮਾਰਕੀਟ 'ਚ ਹੈ ਬਸ ਲੋਕ ਚੇਂਜ ਆ ਕੀ ਹੈ ਭਾਜੀ ਕਿੱਥੇ ਭਾਜੀ ਇਹ ਸੇਮ ਹੀ ਆ ਹੈ ਨਾ ਪੁੱਛੀ ਰੇਟ ਕਿੰਨੇ ਦੀ ਹੈ ਪੁੱਛੀ ਰੇਟ ਕਿੰਨਾ ਆ ਜਾਓ ਫਿਰ ਇਹ ਨਵਜੋਤ ਵੀਰ ਨੇ ਦੁਬਈ ਤੋਂ ਲਈ ਸੀ ਇਹ 13,000 ਦਾ ਪਿਆ ਸੀ ਅਤੇ ਇੰਡੀਆ ਦੇ ਵਿੱਚ ਇਹ 8,000 ਦਾ ਮਿਲਦਾ ਸੀ 9,000 ਦਾ ਕਾਪੀ ਹੈ ਕਾਪੀਆਂ ਨੇ ਵਧੀਆ ਕਾਪੀ ਸ਼ੇਰ ਤੋਂ ਨਹੀਂ ਨਹੀਂ ਸ਼ੇਰ ਤੋਂ ਤਾਂ ਲੱਗਿਆ ਅੱਗੇ ਹੁਣ ਹਾਂ ਨਹੀਂ ਯਾਰ ਆਹ ਕਿਉਂ ਪਛਾਣ ਵੇਟ ਹੀ ਵੇਟ ਦਾ ਬੜਾ ਫਰਕ ਛੱਡਿਓ ਹਾਂ ਪੁੱਛੀ ਮੈਮ ਮੈਡਮ ਜੀ ਯਾਰ ਉਹ ਵੇਖੋ ਲੜ ਰਹੇ ਨੇ ਉਹ ਕਿ ਨਹੀਂ ਮੈਂ ਨਹੀਂ ਪੈਸੇ ਲੈਣੇ ਉਹ ਕਿ ਨਹੀਂ ਮੈਂ ਪੈਸੇ ਦੇਣੇ ਆ ਹਾਂ ਮੁੱਛ ਮੈਮ 55 2,000 ਦੀ ਦੋ ਵੀ ਨਹੀਂ 1,800 ਸਾਰੇ ਬ੍ਰਾਂਡਾਂ ਸ਼ੂ ਹੈਗੇ ਇੱਥੇ ਨਿਊ ਬੈਲੈਂਸ ਇੱਕ ਆ ਵੀ ਜੀ ਸੇਮ ਹੀ ਆ ਭਾਈ ਤੁਹਾਡਾ ਨਾਮ ਕੀ ਹੈ ਜੀ ਆ ਭਾਈ ਸੀਗੇ ਜਿਹੜੇ ਆਪਾਂ ਨੂੰ ਤੁਹਾਡਾ ਨਾਮ ਕੀ ਵੀਰੇ ਮੇਰਾ ਨਾਮ ਵੀਰੇ ਨਿਤਿਸ਼ ਆ ਨਿਤਿਸ਼ ਅੱਛਾ ਨਿਤਿਸ਼ ਓਕੇ ਤੂੰ ਆਇਆ ਦੁਕਾਨ ਤੇ ਆਇਆ ਉਧਰ ਸੇ ਹੋ ਗਏ ਤੁਹਾਨੂੰ 8-9 ਸਾਲ ਹੋ ਗਿਆ ਮੈਨੂੰ ਇੱਥੇ ਵਧੀਆ ਲਾਈਫ ਹੈ ਵਧੀਆ ਲਾਈਫ ਵਧੀਆ ਸਕੂਲ ਦੀ ਲਾਈਫ ਆ ਬਹੁਤ ਵਧੀਆ ਅਰਨਿੰਗ ਸ਼ਾਂਤੀ ਬਹੁਤ ਹੈ ਭਾਜੀ ਹਨਾ ਤੂੰ ਯਾਰ ਯੂਰਪ ਚ ਜਾਏਗਾ ਨੂੰ ਇਸ ਟਾਈਮ ਤੇ ਹਾਂਜੀ 50-60-70,000 ਰੁਪਏ ਪਰ ਉਹਨਾਂ ਵਧੀਆ ਲਾਈਫ ਇੱਥੇ ਆ ਕਿ ਆਪਾਂ ਇੰਨਾ ਕ ਇੱਥੇ ਕਮਾਲੀ ਦਾ ਸਕੂਨ ਆ ਵਧੀਆ ਲੈਂਗੁਏਜ ਆਂਦੀ ਇੱਥੇ ਇਹ ਚੀਜ਼ ਵੇਖੀ ਕਿ ਸਕੂਨ ਆ ਜ਼ਿਆਦਾ ਲੋਕ ਵੀ ਨਹੀਂ ਹੈਗੇ ਵਧੀਆ ਨਾਲ ਆਰਾਮ ਨਾਲ ਲੱਗਦਾ ਕ੍ਰਾਈਮ ਵਗੈਰਾ ਨਹੀਂ ਹੈਗਾ ਇੰਨਾ ਯਾਰ ਕ੍ਰਾਈਮ ਹੈਗਾ ਉਹ ਤੁਹਾਨੂੰ ਰਾਤੀ ਪਤਾ ਲੱਗ ਗਿਆ ਸੀ ਹੁਣ ਇਹ ਦੁਕਾਨ ਹੈ ਸਾਰੇ ਸਟੂਡੈਂਟ ਖੋਤੇ ਪਏ ਇੱਥੇ ਜੋਰਜੀਅਨ ਸਾਰੇ ਆਪਣੇ ਇੰਡੀਅਨ ਆ ਪਰ ਜੋਰਜੀਅਨ ਦੁਕਾਨ ਆ ਅੱਛਾ ਮਤਲਬ ਬੰਦੇ ਨੂੰ ਬੋਲ ਨਹੀਂ ਆਉਂਦੀ ਹੈ ਜੋਰਜੀਅਨ ਵਗੈਰਾ ਓਕੇ ਤੇ ਇਹ ਸਾਰੇ ਸਟੂਡੈਂਟ ਖੋਤੇ ਪਏ ਇੱਥੇ ਅੱਛਾ ਇੰਡੀਅਨ ਹੈ ਪਰ ਉਹਨੂੰ ਜੋਰਜੀਅਨ ਵਗੈਰਾ ਆਉਂਦੀ 2-3-4 ਬਾਈ ਦੇ ਸਟੋਰ ਤੇ ਆਏ ਆ ਜੀ ਉਹ ਕੀ ਬਾਤ ਹੈ ਬਾਈ ਥੈਂਕ ਯੂ ਜੀ ਹੈਲੋ ਵੀਰੇ ਪੂਰੀ ਘਰ ਵਾਲੀ ਫੀਲ ਆ ਇਹ ਬਾਈ ਹੁਣ ਇੱਥੇ ਗਰੋਸਰੀ ਸਟੋਰ ਆ ਯਾਰ ਇੰਡੀਅਨ ਗਰੋਸਰੀ ਸਟੋਰ ਆ ਤੇ ਇੱਧਰ ਗੁੱਡੇ ਵੀ ਆ ਗਏ ਥੈਂਕ ਯੂ ਸੋ ਮਚ ਭਾਜੀ ਜੋਰਜੀਅਨ ਪਰ ਆ ਗਏ ਇੰਡੀਆ ਵਾਲੇ ਓਏ ਅਸੀਂ ਦਾਲ ਦੇ ਇੱਥੇ ਚੁੱਕ ਰੱਖ ਦਿੰਦੇ ਥੈਂਕ ਯੂ ਭਾਜੀ ਸਾਰਾ ਇੰਡੀਆ ਦਾ ਸਮਾਨ ਹੁੰਦਾ ਸੱਚੀ
ਸਾਢੇ 3 ਮਹੀਨੇ ਬਾਅਦ ਕੰਟੇਨਰ ਆ ਜਾਂਦਾ। ਮਿੱਠਾ ਮੁੱਠਾ ਘੱਟ ਨਹੀਂ ਹੈਗਾ? ਨਾ ਨਾ ਸਹੀ ਆ, ਆਲੂ ਭੁਜੀਆ ਹਲਦੀ ਰਾਮ ਦਾ। ਨਿਤੀਸ਼ ਭਾਈ ਨੇ ਚਾਹ ਪਈ ਹੈ, ਚਾਹ ਬੜੀ ਘੈਂਟ ਪਈ, ਥੈਂਕ ਯੂ ਸੋ ਮਚ ਯਾਰ। ਅਤੇ ਬਾਬਾ ਗੱਲਾਂ ਬਾਤਾਂ ਕੀਤੀਆਂ ਨੇ, ਐਰਕੇ ਟਾਈਮ ਘੱਟ ਆ ਯਾਰ ਇੱਥੇ ਆਪਾਂ ਤਬਲੀਸੀ ਦੇ ਵਿੱਚ। ਨੈਕਸਟ ਟਾਈਮ ਆਵਾਂਗੇ, ਹਫ਼ਤਾ ਦੋ ਹਫ਼ਤੇ ਕੱਢ ਕੇ ਫਿਰ ਉਦੋਂ ਘੁੰਮਾਂਗੇ। ਅਤੇ ਬਾਈ ਹੁਣਾਂ ਦਾ ਸਟੋਰ ਆ ਕੈਸ਼ ਐਂਡ ਕੈਰੀ ਇੱਧਰ ਸਟੇਸ਼ਨ ਸਕੁਏਅਰ ਦੇ ਵਿੱਚ ਹੀ, ਸੋ ਜੇ ਕੋਈ ਇੱਥੋਂ ਦੇਖ ਰਿਹਾ ਵਾ ਤਾਂ ਇੱਥੇ ਜ਼ਰੂਰ ਆਇਆ ਯਾਰ, ਇੰਨੀ ਗਰੋਸਰੀ ਸਾਰੀ ਮਿਲਦੀ ਆ। ਓਕੇ ਭਾਅ ਜੀ, ਛੇਤੀ ਮਿਲਦੇ, ਠੀਕ ਹੈ? ਠੀਕ ਹੈ ਮਹਾਰਾਜ, ਚਲੋ ਥੈਂਕ ਯੂ ਸੋ ਮਚ। ਓਕੇ ਭਾਅ ਜੀ, ਕੁਛ ਪੰਜਾਬ ਤੋਂ ਹੀ, ਗੁਰਦਾਸਪੁਰ ਤੋਂ, ਅਤੇ ਗੱਲਾਂ ਬਾਤਾਂ ਕੀਤੀ ਉਹਨਾਂ, ਚਾਹ ਛਾਹ ਪਿਆਈ ਆ ਨਾਲ, ਭੁਜੀਆ ਖੁੱਲ੍ਹਿਆ ਪੂਰੀ, ਐਂ ਲੱਗਣੀ ਆਪਾਂ ਜ਼ੋਰ ਜਿਹੇ ਤਬਲੀਸੀ 'ਚ ਬੈਠੇ ਯਾਰ। ਅਤੇ ਇੱਥੇ ਸਾਰੇ ਨਾ ਲਾ ਲਓ ਕਿ ਇੱਥੇ ਲਾਗੇ ਮੈਨੇ ਸਾਰੇ ਸਟੂਡੈਂਟਸ ਹੀ ਰਹਿੰਦੇ ਆ, ਅਤੇ 3-4 ਗਰੋਸਰੀ ਸਟੋਰ ਹੈਗੇ ਆ, ਸਭ ਕੁਛ ਹੈਗਾ ਵਾ ਇੱਥੇ, 3-4 ਇੰਡੀਅਨ ਗਰੋਸਰੀ ਸਟੋਰ ਆ, ਅਤੇ ਉਹ ਸਾਰੇ ਆਪਸ 'ਚ ਇੱਕ ਦੂਜੇ ਜਾਣਦੇ ਆ। ਉਹ ਤਾਂ ਕਹਿੰਦੇ ਕਿ ਜਦੋਂ ਵੀ ਕੋਈ ਆਪਣਾ ਇੰਡੀਅਨ ਜਾਂ ਪੰਜਾਬੀ ਭਰਾ ਦੇਖਦੇ ਆ, ਉਹ ਇਹਨਾਂ ਜਾਏ ਗੱਲਬਾਤ ਕਰਦੇ, ਉਹਨੂੰ ਕਿਸੇ ਚੀਜ਼ ਦੀ ਲੋੜ ਆ, ਕੋਈ ਕੰਮ ਦੀ ਲੋੜ ਆ, ਕੋਈ ਸਟੂਡੈਂਟ ਆਇਆ ਵਾ, ਕੋਈ ਘੁੰਮਣ ਆਇਆ, ਉਹਨੂੰ ਕਿਸੇ ਚੀਜ਼ ਦੀ ਇਨਫੋਰਮੇਸ਼ਨ ਚਾਹੀਦੀ ਹੈ ਕਿ ਨਹੀਂ, ਖੁਦ ਉਹਨੂੰ ਆਪ ਜਾਂਦੇ ਆ ਕਿ ਦੱਸੋ ਯਾਰ ਸਾਨੂੰ ਕੋਈ ਕੰਮ। ਵਧੀਆ ਬੰਦੇ ਹੈ ਨਾ ਨਿੱਛੀ ਭਾਈ ਸਾਰੇ, ਉਹਨਾਂ ਦੇ ਜਿਹੜੇ ਭਰਾ ਭਰੂ ਸੀ ਸਾਰੇ ਇਕੱਠੇ ਰਹਿੰਦੇ ਸੀ। ਉਹ ਤਾਂ ਕੁਛ ਚੀਜ਼ ਆਪਾਂ ਰਿਕਾਰਡ ਨਹੀਂ ਕਰ ਸਕਦੇ, ਪੂਰਾ ਆਪਣਾ ਪੰਜਾਬ ਵਾਲਾ ਮਾਹੌਲ ਬਣਿਆ ਹੋਇਆ ਸੀ, ਗੱਲਾਂ ਬਾਤਾਂ ਸੁਣਨ ਵਾਲੀਆਂ ਉਹਨਾਂ ਦੀਆਂ। ਅਤੇ ਹੁਣ ਆਪਾਂ ਬਸ ਆਪਣੇ ਵਾਪਸ ਹੋਟਲ ਜਾ ਰਹੇ ਹਾਂ। ਹੁਣ ਕੈਬ ਕਰਾ ਲਈ ਹੋਈ ਹੈ ਜੀ, ਅਤੇ ਇੱਥੋਂ ਕੈਬ ਹੋਈ ਆ ਸਿਰਫ 5 ਲਾਰੀ ਦੀ, 5 ਲਾਰੀ 6 ਲਾਰੀ 6 ਲਾਰੀ ਇੰਡੀਆ ਦੇ ਬਣਦੇ ਆ 200 ਕੁ ਰੁਪਏ, ਅਤੇ ਇੱਥੋਂ ਸਾਡਾ ਹੋਟਲ ਲਾਗੇ ਹੀ ਸ਼ਾਇਦ 5 ਮਿੰਟ ਦੀ ਡਰਾਈਵ 'ਤੇ ਆ। ਅਤੇ ਬਾਕੀ ਵਧੀਆ ਲੱਗਾ ਯਾਰ, ਇੱਥੇ ਸਾਰਾ ਘੁੰਮੇ ਆ ਵਧੀਆ, ਤੁਰ ਤੁਰ ਕੇ ਆਪਾਂ ਸਾਰਾ ਘੁੰਮ ਲਿਆ ਵਧੀਆ ਹੈ। ਮਾਰੀਡੀ ਵਧੀਆ ਸੀ, ਸਟੇਸ਼ਨ ਸਕੁਏਅਰ ਵਾਲੀ, ਅਤੇ ਉੱਧਰ ਲਿਬਰਟੀ ਸਕੁਏਅਰ ਸੀ, ਫਿਰ ਉੱਪਰ ਮਦਰ ਆਫ ਜੋਰਜੀਆ। ਬੰਦਾ ਕਹਿੰਦਾ ਸੈਲਫੀ ਲੈਣੀ ਯਾਰ ਤੁਹਾਡੇ ਨਾਲ, ਚਲੋ ਜੀ। Nice to meet you. What's your name? Begin. Begin? Yes. Okay. How much? ਯਾਰ ਸ਼ੇ ਕਹਿ ਕੇ ਹਾਊ ਮੱਚ ਪੁੱਛਣ ਦੇ ਤੁਸੀਂ? ਇੰਟਰਨੈਟ ਹੋਟਲ ਮਰਿਆਲ। ਯਾਰ ਦੇਖ ਲਓ ਇੱਥੇ ਸਾਡੇ ਹੋਟਲ ਦੇ ਵਿੱਚ, ਪੁਰਾਣੇ ਵਾਲੇ 'ਚ ਵੀ, ਇਹ 'ਚ ਵੀ ਘਰ ਵਾਲਾ ਮਾਹੌਲ ਆ ਨਾ, ਜਿਵੇਂ ਉਹਨਾਂ ਦੀ ਆਪਣੀ ਪਰਸਨਲ ਕਿਚਨ ਹੁੰਦੀ ਆ। ਉਹ ਕਹਿੰਦੇ ਸਭ ਕੁਛ ਪਿਆ ਵਾ, ਚਾਹ ਕੌਫੀ ਪਾਣੀ ਕੁਛ ਖਾਣਾ ਵਾ, ਉੱਧਰ ਕੇਕ ਪਏ ਆ, ਇੱਧਰ ਪਾਸਤਾ ਬਣਿਆ ਪਿਆ ਵਾ, ਕੀ ਪਤਾ ਇਹ ਸਾਨੂੰ ਇਹੀ ਔਫਰ ਕਰ ਦੇਣ। ਤੂੰ ਦੇਖ ਵਧੀਆ ਵਾ। ਹੁਣ ਅਸੀਂ ਆਪਣੇ ਰੂਮ 'ਚ ਆ ਗਏ ਹੋਏ ਜੀ। ਉਹ ਕਹਿੰਦੀ ਤੁਸੀਂ ਬੁੱਕ ਕੀਤਾ ਸੀ ਛੋਟਾ ਰੂਮ, ਪਰ ਅਸੀਂ ਤੁਹਾਨੂੰ ਵੱਡਾ ਰੂਮ ਦੇ ਰਹੇ ਹਾਂ, ਕਿਉਂਕਿ ਇਹਦੇ 'ਚ ਇੱਕ ਐਕਸਟਰਾ ਬੈੱਡ ਲੱਗਾ ਹੋਇਆ, ਸੋ ਸਹੀ ਹੈ ਯਾਰ। ਪਰ ਪੁਰਾਣੇ ਵਾਲਾ ਹੋਟਲ ਜ਼ਿਆਦਾ ਵਧੀਆ, ਕਿਉਂਕਿ ਉਹਦੇ ਬਾਲਕਨੀ ਹੈਗੀ ਜੀ, ਸਹੀ ਹੈ ਯਾਰ। ਹੁਣ ਕੱਲ੍ਹ ਦੀ ਸਾਡੀ ਤਿਆਰੀ ਆ ਅਰਮੇਨੀਆ ਜਾਣ ਦੀ ਜੀ, ਬਾਏ ਰੋਡ ਅਸੀਂ ਅਰਮੇਨੀਆ ਜਾਵਾਂਗੇ, 3 ਘੰਟੇ ਲੱਗਣੇ ਆ। ਉੱਥੇ ਕਿਹੜੀ ਜਗ੍ਹਾ ਜਿਹੜੀ ਆਪਾਂ ਘੁੰਮਣੀ, ਸਿਟੀ ਕੀ ਆ? ਯਰਵਨ। ਯਰਵਨ, ਯਰਵਨ ਸਿਟੀ ਘੁੰਮਾਂਗੇ, ਪ੍ਰਾਈਵੇਟ ਕਾਰ ਆ, ਸਵੇਰੇ ਉਹਨੇ 7 ਵਜੇ ਪਿੱਕ ਕਰਨਾ ਆ ਜਾਣਾ ਵਾ। ਅਤੇ ਬਸ ਹੁਣ ਥੋੜ੍ਹਾ ਫਰੈਸ਼ ਹੁੰਦੇ ਆ, ਨਹਾਉਂਦੇ ਯਾਰ, ਸਵੇਰ ਦੇ ਯਾਰ ਇੰਨੇ ਥੱਕ ਨੇ, ਗਰਮ ਪਾਣੀ ਨਾਲ ਨਹਾ ਕੇ ਇੱਕਦਮ ਫਰੈਸ਼ ਹੋ ਕੇ ਸੋ ਜਾਣਾ ਯਾਰ। ਮਿੰਤੇ ਐਂ ਪੂਰਾ ਲਾਲ ਹੋ ਜਾਣਾ ਮੂੰਹ, ਵੇਖਿਓ ਅੰਦਰ ਪੂਰੀ ਹੀਟ ਹੋਣ ਸੀ। ਕੱਲ੍ਹ ਰਾਤ ਆਪਾਂ ਆਂਟੀ ਕੋਲੋਂ 30 ਲਾਰੀ ਦਾ ਸਮਾਨ ਲਿਆ ਸੀ, ਬਹੁਤ ਥੋੜ੍ਹਾ। ਇਹਦੇ ਵਿੱਚ ਨਾ ਆਂਡੇ ਆ, ਬ੍ਰੈਡ ਆ, ਜੂਸ ਆ,
ਹੋਰ ਬੜਾ ਕੁਛ ਆ ਅਤੇ ਆਹ ਸਾਰਾ ਸਮਾਨ ਆਇਆ ਬਾਈ ਲਾਰੀ ਦਾ। ਮੈਂ ਹੁਣ ਘਰ ਜਾ ਕੇ ਆਪਾਂ ਬਣਾਵਾਂਗੇ, ਉੱਥੇ ਕਿਚਨ ਹੈਗੀ ਆ, ਆਂਡੇ ਉਂਡੇ ਖਾਵਾਂਗੇ। ਰੈਡੀ ਕਾਫੀ ਹੈਗੀ ਆ, ਡਿਨਰ ਸਾਡਾ ਰੈਡੀ ਹੋ ਚੁੱਕਿਆ ਜੀ, ਭੁਰਜੀ ਨਾਲ ਥੋੜੀਆਂ ਸੋਸਾਂ ਅਤੇ ਨਾਲ ਬ੍ਰੈਡ ਅਤੇ ਨਾਲ ਜੂਸ। ਚੈਸ, ਡਿਨਰ ਸਾਡਾ ਡਨ ਹੋ ਗਿਆ ਜੀ, ਭਾਂਡੇ ਵਗੈਰਾ ਸਾਰੇ ਧੋ ਕੇ ਆਪਾਂ ਰੱਖਤੇ ਹੋਏ ਆ, ਅਤੇ ਹੁਣ ਵਾਰੀ ਸੌਣ ਦੀ, ਕਿਉਂਕਿ ਅਸੀਂ ਸਵੇਰੇ ਕੱਲ੍ਹ 7 ਵਜੇ ਅਰਮੇਨੀਆ ਵੱਲੋਂ ਨਿਕਲਣਾ ਵਾ। ਸੋ ਮਿਲਦੇ ਜੀ ਤੁਹਾਨੂੰ ਅਗਲੇ ਵਲੋਗ ਦੇ ਵਿੱਚ। ਹੋਪ ਕਰਦੇ ਕਿ ਤੁਹਾਨੂੰ ਵਲੋਗ ਵਧੀਆ ਲੱਗਾ ਹੋ, ਜੇ ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਅਤੇ ਰੱਬ ਰਾਖਾ ਮਿੱਤਰੋ, ਸੀ ਯੂ ਟੁਮਾਰੋ।